ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਲੰਡਨ ਦੀ ਸੈਰ ਹੀ ਕੰਟੀਨਿਊ ਕਰ ਰਹੇ ਹਾਂ ਕਿਉਂਕਿ ਪਹਿਲੀ ਵੀਡੀਓ 'ਚ ਮੈਂ ਪੂਰਾ ਦਿਨ ਨਹੀਂ ਦਿਖਾਇਆ ਸੀ ਅਤੇ ਹੁਣ ਅਸੀਂ ਆ ਚੁੱਕੇ ਹਾਂ ਲੰਡਨ ਬ੍ਰਿਜ 'ਤੇ ਇੰਜੋਏ ਕਰਨ ਵਾਸਤੇ ਅਤੇ ਘੁੰਮੋ ਸਾਡੇ ਨਾਲ ਲੰਡਨ ਬ੍ਰਿਜ ਹਾਂਜੀ ਆਹ ਹੈਗਾ ਲੰਡਨ ਬ੍ਰਿਜ ਅਸੀਂ ਅੱਜ ਆਏ ਹਾਂ ਲੰਡਨ ਬ੍ਰਿਜ ਦੇ ਵਿੱਚ ਆਹ ਦੇਖੋ Say something to friends. Can we go to the underground train? Yeah, we can. ਬਸ ਲੰਡਨ ਬ੍ਰਿਜ 'ਤੇ ਅਸੀਂ ਅੱਧਾ ਪੌਣਾ ਘੰਟਾ ਇੰਜੋਏ ਕੀਤਾ ਜੋ ਕਿ ਮੈਂ ਤੁਹਾਨੂੰ ਸਾਰਾ ਨਹੀਂ ਇੱਕ ਵੀਡੀਓ 'ਚ ਦਿਖਾ ਸਕਦੀ ਸੋ ਥੋੜ੍ਹਾ ਜਿਹਾ ਕਲਿੱਪ ਮੈਂ ਦਿਖਾਇਆ ਅਤੇ ਉਸ ਤੋਂ ਬਾਅਦ ਅਸੀਂ ਆ ਗਏ ਟ੍ਰਾਫਲਗਰ ਸਕੁਏਅਰ ਅਤੇ ਪਹਿਲਾਂ ਤਾਂ ਅਸੀਂ ਸੋਚਿਆ ਸੀ ਲੰਡਨ ਬ੍ਰਿਜ ਤੋਂ ਹੀ ਅਸੀਂ ਵਾਪਸ ਹੋ ਜਾਵਾਂਗੇ ਕਿਉਂਕਿ ਅੱਜ ਹੀ ਅਸੀਂ ਘਰ ਵੀ ਵਾਪਸ ਜਾਣਾ ਪਰ ਬੱਚੇ ਕਹਿੰਦੇ ਕਿ ਨਹੀਂ ਅਸੀਂ ਹੋਰ ਘੁੰਮਣਾ ਸੋ ਅਸੀਂ ਕਿਹਾ ਚਲੋ ਥੋੜ੍ਹਾ ਟਾਈਮ ਹੈਗਾ ਸੋ ਅਸੀਂ ਚਲੇ ਹੀ ਜਾਂਦੇ ਹਾਂ ਘੁੰਮਣ ਵਾਸਤੇ ਅਤੇ ਇੱਥੇ ਆ ਗਏ ਅਸੀਂ ਟ੍ਰਾਫਲਗਰ ਸਕੁਏਅਰ ਘੁੰਮਣ ਬਸ ਹੁਣ ਟ੍ਰਾਫਲਗਰ ਸਕੁਏਅਰ ਤੋਂ ਵਾਪਸ ਨਹੀਂ ਆ ਕੇ ਅੱਗੇ ਹੀ ਨਾਲ ਹੀ ਉਹਦੇ ਬਕਿੰਗਮ ਪੈਲਸ ਹੈ ਸਾਡੀ ਕੁਈਨ ਦਾ ਪੈਲਸ ਕੁਈਨ ਦਾ ਘਰ ਸੋ ਬੱਚੇ ਕਹਿੰਦੇ ਵੀ ਹੁਣ ਅਸੀਂ ਇੰਨੀ ਦੂਰ ਆਏ ਤਾਂ ਹੋਏ ਹਾਂ ਵੀ ਚਲੋ ਇਹ ਵੀ ਦੇਖ ਹੀ ਚੱਲਦੇ ਹਾਂ ਅਤੇ ਮੇਰਾ ਵੀ ਮਨ ਸੀ ਪਹਿਲਾਂ 2013 'ਚ ਮੈਂ ਗਈ ਸੀ ਉਦੋਂ ਸਿਰਫ ਦਲੀਪ ਅਤੇ ਪਰਮਿੰਦਰ ਨੂੰ ਲੈ ਕੇ ਅਤੇ ਤਿਲਕ ਨਹੀਂ ਗਿਆ ਹੋਇਆ ਸੀ ਅਤੇ ਤਿਲਕ ਮੈਨੂੰ ਕਹਿੰਦਾ ਸੀ ਕਿ ਮੈਂ ਜਾਣਾ ਸੋ ਇਸ ਲਈ ਫਿਰ ਮੈਂ ਸੋਚਿਆ ਚਲੋ ਮੈਂ ਤਿਲਕ ਨੂੰ ਵੀ ਲੈ ਕੇ ਘੁੰਮਾ ਹੀ ਲਿਆਉਂਦੀ ਹਾਂ ਸੋ ਨਾਲ ਹੀ ਬਕਿੰਗਮ ਪੈਲਸ ਹੈ ਹੁਣ ਅਸੀਂ ਜਾ ਰਹੇ ਹਾਂ ਬਕਿੰਗਮ ਪੈਲਸ ਕਾਫੀ ਜ਼ਿਆਦਾ ਵੋਕ ਹੈਗੀ ਸੀ ਵੋਕ ਕਰਦੇ ਕਰਦੇ ਵਿੱਚ ਦੇ ਤਾਂ ਕਈ ਜਣੇ ਆ ਦੇਖੋ ਇੱਥੇ ਬੈਠ ਵੀ ਗਏ ਸਨ ਅਤੇ ਹੁਣ ਅਸੀਂ ਆ ਪਹੁੰਚ ਗਏ ਬਕਿੰਗਮ ਪੈਲਸ ਹਾਂ ਹੁਣ ਅਸੀਂ ਪਹੁੰਚ ਗਏ ਬਕਿੰਗਮ ਪੈਲਸ ਦੇ ਬਾਹਰਲੀ ਸਾਈਡ ਜਿਹੜਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਫਲਾਵਰ ਨਾਲ ਸਟੈਚੂ ਬਹੁਤ ਨਾਈਸ ਡੈਕੋਰੇਟ ਕੀਤਾ ਹੋਇਆ ਅਤੇ ਇੱਥੇ ਹੀ ਮਿਡਲ ਦੇ ਵਿੱਚ ਉਹਨਾਂ ਨੇ ਫੁੱਲਾਂ ਦੇ ਨਾਲ ਹੀ NHS ਲਿਖਿਆ ਹੋਇਆ ਅਤੇ ਬਹੁਤ ਨਾਈਸ ਲੱਗ ਰਿਹਾ ਸੀ ਬਹੁਤ ਹੀ ਜ਼ਿਆਦਾ ਵੱਡੀ ਜਗ੍ਹਾ 'ਤੇ ਬਣਿਆ ਹੋਇਆ ਅਤੇ ਸਾਹਮਣੇ ਇੱਕ ਲੱਗਿਆ ਹੋਇਆ ਕੁਈਨ ਵਿਕਟੋਰੀਆ ਦਾ ਸਟੈਚੂ ਸੀ ਕੁਈਨ ਵਿਕਟੋਰੀਆ ਬਸ ਬੱਚੇ ਜਾਂਦੇ ਆ ਸਾਰੀ ਉਹਦੇ ਉੱਪਰ ਚੜ੍ਹ ਕੇ ਅਤੇ ਫੋਟੋ ਸ਼ੂਟ ਕਰਵਾਉਣਾ ਸ਼ੁਰੂ ਕਰਤਾ ਸੀ ਬੱਚਿਆਂ ਨੇ ਬੈਠੇ ਨੇ ਸਾਰੇ
ਉਹ ਫਿਰ ਨਿਕਲੀ ਸਾਜੀ ਸਾਡੇ ਸੇ ਹੋ ਗਏ Look, there's a guard. They can't see anything. They're sleeping inside their hats, I think. Sassy guard! Sassy guard! Look! Where's the queen? You wanna say something? Please, can you move it? Hi, we're at the palace and the guards aren't moving it. It's really fun. Where's the queen? Where's the queen? Sometimes they come out the queen. What are you looking for? We're here in London today and we're having lots of fun. So if you like our video, please share, subscribe and like and comment. ਬਸ ਜੀ ਅੱਜ ਹੁਣ ਸਾਰਾ ਦਿਨ ਹੋ ਚੁੱਕਿਆ ਸਾਨੂੰ ਲੰਡਨ ਘੁੰਮਦੇ ਹੋਏ ਤੇ ਆ ਮੈਂ ਦਿਖਾ ਰਹੀ ਸੀ ਕਿ ਗੇਟ ਦੀ ਚਾਬੀ ਕਿੰਨੀ ਵੱਡੀ ਹੋਏਗੀ ਹੈ ਨਾ ਸੋ ਬੱਚਿਆਂ ਨੂੰ ਅਸੀਂ ਕਹਿ ਰਹੇ ਹਾਂ ਚਲੋ 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 ਕਿਉਂਕਿ ਬਹੁਤ ਲੇਟ ਹੋ ਰਿਹਾ ਲੰਡਨ ਆਈ ਇੱਥੋਂ ਨਜ਼ਰ ਆ ਰਿਹਾ ਸੀ ਅਤੇ ਬੱਚੇ ਸੁਣਨ ਦਾ ਨਾਮ ਨਹੀਂ ਲੈ ਰਹੇ ਸੀ ਉਹਨਾਂ ਦਾ ਹਜੇ ਵੀ ਨਹੀਂ ਦਿਲ ਕਰ ਰਿਹਾ ਸੀ ਪਰ ਜੇ ਅਸੀਂ ਅੱਜ ਰਹਿਣਾ ਹੁੰਦਾ ਤਾਂ ਜ਼ਰੂਰ ਉੱਥੇ ਰੁਕ ਜਾਂਦੇ ਪਰ ਵਾਪਸ ਜਾਣਾ ਹੈ ਸੋ ਅੱਗੇ ਵੀ 2-2.5 ਘੰਟੇ ਦਾ ਰਾਹ ਹੈ ਅਤੇ ਨਾਲੇ ਵੈਦਰ ਵੀ ਕੁਛ ਠੀਕ ਨਹੀਂ ਹੈਗਾ ਇਸ ਲਈ ਅਸੀਂ ਕਹਿ ਰਹੇ ਸੀ ਕਿ ਜਲਦੀ ਨਿਕਲੋ ਤਾਂ ਜੋ ਅਸੀਂ ਜਲਦੀ ਜਲਦੀ ਆਪਣੇ ਘਰ ਲਈ ਵੀ ਨਿਕਲ ਸਕੀਏ ਅਤੇ ਸਾਰਾ ਦਿਨ ਘੁੰਮ ਘੁੰਮ ਕੇ ਬਸ ਇਹ ਗਾਰਡ ਸੀ ਬੱਚੇ ਨੂੰ ਆਵਾਜ਼ਾਂ ਮਾਰ ਰਹੇ ਸੀ ਵੇਜ਼ ਕੁਈਨ ਕੁਈਨ ਨੂੰ ਬਾਹਰ ਭੇਜੋ ਅਤੇ ਸਹਿਜੀ ਕਹਿ ਰਹੇ ਸੀ ਗਾਰਡ ਕਦੀ ਮੂਵ ਨਹੀਂ ਹੁੰਦੇ ਅਤੇ ਮੈਂ ਉਹਨੂੰ ਦਿਖਾ ਰਹੀ ਸੀ ਕਿ ਤੂੰ ਕਹਿੰਦਾ ਕਿ ਮੂਵ ਨਹੀਂ ਹੁੰਦੇ ਆ ਦੇਖ ਸੋ ਬਾਰ ਬਾਰ ਉਹਨੂੰ ਕਹਿ ਰਹੇ ਸੀ ਵੇਜ਼ ਕੁਈਨ ਬਾਹਰ ਭੇਜੋ ਹੈ ਨਾ ਕਾਫੀ ਇੰਜੋਏ ਕੀਤਾ ਸੀ ਸਾਰਿਆਂ ਨੇ ਇਕੱਠੇ ਜਾ ਕੇ ਅਤੇ ਬਹੁਤ ਵਧੀਆ ਸੀ ਦੱਸੇ ਹੁਣ ਨਿਕਲਾਂਗੇ ਘਰ ਵਾਸਤੇ Queen Elizabeth's mum. Queen Elizabeth's mum and dad. ਗੈਸਟ ਹਾਊਸ ਹੈ ਨਾ ਇਹ ਗੈਸਟ ਹਾਊਸ ਹੈ ਇਹ ਗੈਸਟ ਹਾਊਸ ਵੀ ਦੇਖੋ ਕਿੰਨਾ ਵੱਡਾ ਹੈ ਨਾ ਸਮਾਨ ਫਾਈਲਾ ਇਥੇ ਇਧਰ ਹੀ ਜਾਣਾ ਹੋਣਾ ਨਾ ਵਾਪਸ ਨੋ ਕਮ ਵੀ ਕੈਚ ਅ ਟ੍ਰੇਨ ਟ੍ਰੇਨਾਂ ਪੁੱਤਰ
ਬਸ ਹੁਣ ਆਪਾਂ ਕਿੰਗਮ ਪੈਲਸ ਤੋਂ ਘੁੰਮ ਕੇ ਅਸੀਂ ਵਾਪਸ ਆ ਗਏ ਟ੍ਰਾਫਲਗਰ ਸਕੁਆਇਰ, ਬਿਕੋਜ਼ ਇੱਥੇ ਹੀ ਬਾਹਰ ਹੀ ਅਸੀਂ ਬੱਸ ਕੈਚ ਕਰਨੀ ਹੈ। ਅਤੇ ਪਰਮਿੰਦਰ ਕਹਿ ਰਿਹਾ ਸੀ ਕਿ ਅਸੀਂ ਮੈਂ ਟ੍ਰੇਨ 'ਤੇ ਜਾਣਾ, ਬੱਸ 'ਤੇ ਨਹੀਂ ਜਾਣਾ। ਉਹਨੇ ਉਹ ਕਦੀ ਕਹਿੰਦਾ ਮੈਂ ਵੈਸੇ ਗਿਆ ਹੋਇਆ ਅੰਡਰਗਰਾਊਂਡ ਬੱਸ 'ਤੇ, ਜਦੋਂ ਮੈਂ ਤੁਹਾਨੂੰ ਦੱਸਿਆ ਨਾ 2013 'ਚ ਮੈਂ ਗਈ ਸੀ ਲੰਡਨ, ਉਦੋਂ ਗਿਆ ਸੀ, ਪਰ ਉਹਨੂੰ ਇੰਨਾ ਯਾਦ ਨਹੀਂ। ਪਰ ਹੁਣ ਉਹ ਕਹਿੰਦਾ ਮੈਂ ਅੰਡਰਗਰਾਊਂਡ ਬੱਸ ਟ੍ਰੇਨ 'ਚ ਜਾਣਾ, ਪਰ ਕਰੋਨਾ ਕਰਕੇ ਸਾਰੀਆਂ ਅੰਡਰਗਰਾਊਂਡ ਟ੍ਰੇਨਾਂ ਵਗੈਰਾ ਬੰਦ ਸਨ, ਇਸ ਕਰਕੇ ਅਸੀਂ ਟ੍ਰੇਨ 'ਤੇ ਨਹੀਂ ਗਏ। ਸੋ ਉਹਨੂੰ ਸਮਝਾ ਲਿਆ ਸੀ ਅਤੇ ਮੰਨ ਗਿਆ ਸੀ। ਫਿਰ ਅਸੀਂ ਫੜੀ ਬੱਸ ਉੱਥੋਂ, ਅਤੇ ਬੱਸ ਫੜ ਕੇ ਗਏ ਦੀਦੀ ਦੇ ਘਰ। ਦੀਦੀ ਦੇ ਘਰੋਂ ਬਸ ਉਹਨਾਂ ਨੇ ਜਾਂਦਿਆਂ ਰੋਟੀ ਬਣਾਈ ਹੋਈ ਸੀ, ਡਿਨਰ ਕਰਕੇ ਅਤੇ ਅਸੀਂ ਨਿਕਲ ਲਏ ਬਰਮਿੰਗਮ। 9 ਵਜੇ ਅਸੀਂ ਉੱਥੋਂ ਨਿਕਲੇ ਸੀ ਅਤੇ 12 ਵਜੇ ਪਹੁੰਚ ਗਏ ਸੀ। ਮੌਸਮ ਥੋੜ੍ਹਾ ਖਰਾਬ ਸੀ, ਇਸ ਕਰਕੇ ਥੋੜ੍ਹਾ ਹੌਲੀ ਹੌਲੀ ਆਏ ਸੀ, ਪਰ ਫਿਰ ਵੀ ਰਾਈਟ ਟਾਈਮ 'ਤੇ ਪਹੁੰਚ ਗਏ ਸੀ ਘਰ ਆਪਣੇ। ਅਤੇ ਹੁਣ ਤੁਸੀਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰ ਲਿਓ, ਅਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ। ਉਦੋਂ ਤੱਕ ਸਤਿ ਸ਼੍ਰੀ ਅਕਾਲ ਅਤੇ ਬਾਏ ਬਾਏ। ਹਾਂਜੀ, ਹੁਣ ਸਾਰਾ ਅਸੀਂ ਲੰਡਨ ਘੁੰਮਾਏ, ਸਾਰਾ ਫੁੱਲ ਇੰਜੋਏ ਹੋਇਆ ਅਤੇ ਹੁਣ ਅਸੀਂ ਚੱਲੇ ਹਾਂ ਬਰਮਿੰਗਮ ਨੂੰ ਵਾਪਸ। ਭੈਣ ਦੇ ਘਰ ਥੋੜ੍ਹਾ ਰੁਕ ਕੇ ਚੱਲੇ, ਮਿਲਦੇ ਜੀ ਨੈਕਸਟ ਵੀਡੀਓ 'ਚ। ਤਦ ਤੱਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।